फिर ट्रेड ये चाहता है भी जिहड़ा बंदा बेसिकली कोई भी फसल उगांदा है ना जी, उन्हू कुछ ना कुछ अच्छा मिलना चाहिए, बजाय इस दे कि जिहड़ा बंदा इनू खरीद के अगे सेल करता उहदे ते हालात बहुत बेहतर ने, पर जिहड़ा पिछे इनू उगा रहा उहदे बेहतर होने चाहिए ने। Fair trade empowers and enables small-scale farmers, consumers and workers to become more powerful agent of change in their communities. ਛੋਟੇ ਜ਼ਿਮੀਦਾਰ ਆਉਂਦੀ ਅਸੀਂ ਇਹਦੇ ਨਾਲ ਮੰਡੀ ਦੇ ਵਿੱਚ ਜਿਸ ਤਰ੍ਹਾਂ ਅਸੀਂ ਪਹਿਲੇ ਆਪਣੇ ਚਾਵਲ ਦੀ ਫਸਲ ਨੂੰ ਸੇਲ ਕਰਦੇ ਸਾਂ ਉਸੇ ਤਰ੍ਹਾਂ ਹੀ ਸੇਲ ਕਰਦੇ ਹਾਂ, ਸਾਨੂੰ ਬਹੁਤ ਸਾਰੇ ਫਾਇਦੇ ਮਿਲ ਰਹੇ ਨੇ ਫੇਅਰ ਟ੍ਰੇਡ ਦੀ ਵਜ੍ਹਾ ਤੋਂ। ਜਿਹੜੇ ਕਿਸਾਨਾਂ ਦੇ ਬੱਚੇ ਨੇ ਉਹਨਾਂ ਨੂੰ ਬੈਗ, ਕਿਤਾਬਾਂ, ਕਾਪੀਆਂ, ਪੈਨਸਲਾਂ ਵਗੈਰਾ ਲੈ ਕੇ ਦਿੱਤੀਆਂ ਨੇ ਵੀ ਲਓ ਜੀ ਆ ਤੁਸੀਂ ਆਪਣੇ ਬੱਚਿਆਂ ਨੂੰ ਦਿਓ। ਔਰ ਜਿਸ ਵੇਲੇ ਹਸਪੀਟਲ 'ਚ ਜਾਂਦੇ ਹਾਂ ਅਤੇ ਹਸਪੀਟਲ 'ਚ ਸਿਹਤ ਦਾ ਇਹ ਫਰਕ ਵੀ ਕੋਈ ਪੈਸਾ ਨਹੀਂ ਲੱਗਦਾ ਕਿਸਾਨ ਦਾ, ਉਹਦੇ ਬਿਲਕੁਲ ਮੈਡੀਸਨ ਤੱਕ ਫ੍ਰੀ ਮਿਲ ਜਾਂਦੀ ਹੈ ਔਰ ਬਗੈਰ ਕਿਸੇ ਟੈਨਸ਼ਨ ਤੋਂ। ਫਿਰ ਟੇਕ ਦੀ ਵਜ੍ਹਾ ਸੇ ਬਹੁਤ ਜ਼ਿਆਦਾ ਆਸਾਨੀ ਹੋ ਗਈ ਹੈ, ਪਹਿਲੇ ਬਹੁਤ ਜ਼ਿਆਦਾ ਪ੍ਰੋਬਲਮ ਥੇ ਕਿ ਗਾਉਣ ਸੇ ਮੈਂ ਆਉਣੇ ਮੇਂ ਵੀ ਮਸਲਾ ਹੁੰਦਾ ਥਾ ਕਿ ਬੱਚਾ ਬਿਮਾਰ ਹੋ ਗਿਆ ਰਾਤ ਕੇ ਵਕਤ, ਮਤਲਬ ਮੈਡੀਕਲ ਫੈਸਿਲਿਟੀ ਨਹੀਂ ਹੁੰਦੀ ਉੱਧਰ ਤੋਂ, ਡਾਕਟਰ ਅਵੇਲੇਬਲ ਹੀ ਨਹੀਂ ਹੈ। ਔਰ ਇਹ ਫਿਰ ਟ੍ਰੇਡ ਕੀ ਵਜ੍ਹਾ ਸੇ ਹਮੇਂ ਕਾਰਡ ਮਿਲੇ ਹੈ, ਸ਼ੁਰੂ ਹੋਏ ਹੈ, ਉਸ ਵਜ੍ਹਾ ਸੇ ਹਮੇਂ ਆਸਾਨੀ ਹੋ ਗਈ ਹੈ ਕਿ ਹਮ ਸਾਰਾ ਕੁਛ ਮਤਲਬ ਆਪਣੇ ਬੱਚੋਂ ਕੋ ਆਪਣੇ ਪੇਰੈਂਟਸ ਕੋਈ ਵੀ ਪ੍ਰੋਬਲਮ ਹੁੰਦੀ ਹੈ ਮੈਡੀਕਲ ਕਿ ਤੋਂ ਹਮ ਆ ਸਕਦੇ ਹਾਂ ਆਸਾਨੀ ਕੇ ਸਾਥ। ਸੋ ਦ ਬੇਸਿਕ ਕਾਨਸੈਪਟ ਆਫ ਫੇਅਰ ਟ੍ਰੇਡ ਇਜ਼ ਦ ਸੋਸ਼ਲ ਡਿਵੈਲਪਮੈਂਟ ਆਫ ਦ ਫਾਰਮਰਸ। ਸੋ ਬੇਸਿਕਲੀ ਵੀ ਆਰ ਹੇਅਰ ਫੋਰ ਦ ਫਸਟ ਟਾਈਮ ਕਮਿਊਨਿਟੀ ਵਿਮੈਨ ਕੇਮ ਫੋਰਵਰਡ ਐਂਡ ਦੇ ਵਾਂਟਡ ਟੂ ਡਿਸਕਸ ਦੇਅਰ ਪ੍ਰੋਬਲਮਸ ਲਾਈਕ ਵਟ ਆਰ ਦੇਅਰ ਨੀਡਸ ਐਕਚੁਲੀ ਇਨ ਦ ਫੀਲਡ। फेयर ट्रेड की वजह से हमें बहुत सी ये फैसिलिटीज़ मिली, जैसा कि यहाँ फिल्ट्रेशन प्लांट नहीं था इससे पहले, तो इसकी वजह से यहाँ हमें पीने के लिए साफ़ पानी जो है ना मुहैया किया है, और जो है हम उम्मीद करते हैं कि नेक्स्ट भी ये इसी तरह काम करेगी। और हम हमारी ये है कि यहाँ जो है दस्तकारी स्कूल होना चाहिए ताकि जो मर्द तो इससे फ़ायदा उठा रहे हैं, लेकिन यह है कि औरतों को भी इससे फ़ायदा हो ताकि घर बैठी जो औरतें हैं वो भी इसमें जो है ना वो हिस्सा ले सकें। ਆਪਣੀ ਜ਼ਿੰਮੇਦਾਰੀ ਛੋਟੇ ਜਿਹੇ ਜ਼ਿੰਮੇਦਾਰਾਂ ਦੇ ਵਿੱਚੋਂ ਸ਼ਾਇਦ 30 ਲੱਖ ਦਾ ਅਗਲੇ 5 ਸਾਲ 'ਚ ਵੀ ਨਾਮ ਇਸ ਜ਼ਰੀਏ ਹਾਲਾਤ ਖਰੀਦ ਸਕਦਾ, ਮਗਰ ਇਹ ਕਿ ਫੇਅਰ ਟ੍ਰੇਡ ਇੰਟਰਨੈਸ਼ਨਲ ਨਾਲ ਚੱਲਣ ਨਾਲ ਸਾਨੂੰ ਉਹ ਬਹੁਤ ਬੜਾ ਫਾਇਦਾ ਹੋ ਗਿਆ। ਉਹ ਜਿਸ ਤਰ੍ਹਾਂ ਇੱਕ ਮੈਂ ਆਪਣੀ ਚੀਜ਼ ਨੂੰ ਯੂਜ਼ ਕਰ ਰਿਹਾ ਇਸੇ ਤਰ੍ਹਾਂ ਹੀ ਮੈਂ ਉਹਨੂੰ ਯੂਜ਼ ਕਰਨ ਦਾ ਹੱਕ ਰੱਖਣਾ। आज की मीटिंग का हमारा मकसद ये था कि हमने अपने 115 लोगों को इधर इनवाइट किया था और बड़े ही खुशगवार माहौल में उनसे गुफ्तगू हुई है हमारी, और हमारा मकसद ये था कि जितने भी हमारे सोशल डेवलपमेंट के लिए प्रोजेक्ट चल रहे हैं उनके बारे में ब्रीफ करना और उनकी राय से और उनकी जो नीड असेसमेंट है उसकी बेसिस पे अपने फ्यूचर प्लान को हतमी शक्ल देना। ਮੈਂ ਜੀ ਫੇਅਰ ਟ੍ਰੇਡਰਸ ਨੂੰ ਇਹ ਆਖਾਂਗਾ ਵੀ ਅੱਛਾ ਨਹੀਂ ਬਹੁਤ ਹੀ ਅੱਛਾ ਹੈ, ਯਾਨੀ ਗੁੱਡ ਬੈਟਰ ਬੈਸਟ ਦੀ ਡਿਗਰੀ ਇਹ 'ਚ ਆਉਂਦਾ। ਅਤੇ ਫੇਅਰ ਟ੍ਰੇਡ ਇੰਟਰਨੈਸ਼ਨਲ ਚੱਲਣ ਦੀ ਵਜ੍ਹਾ ਤੋਂ ਸਾਨੂੰ ਇਹ ਫਾਇਦਾ ਹੋਇਆ ਕਿ ਅਸੀਂ ਰਾਈਸ ਐਕਸਪਰਟ ਨੂੰ ਚਾਵਲ ਦੇਈਦਾ ਡਾਇਰੈਕਟ ਜਾ ਕੇ, ਜਿੰਨਾ ਸਾਡਾ ਚਾਵਲ ਦਾ ਵਜ਼ਨ ਹੋਣਾ ਉਹ ਵਜ਼ਨ ਦੇ ਹਿਸਾਬ ਨਾਲ ਜਿਹੜਾ ਮੰਡੀ ਦਾ ਰੇਟ ਹੋਏਗਾ ਉਹ ਮੈਕਸੀਮਮ ਰੇਟ ਜਿਹੜਾ ਹੋਏਗਾ ਉਸ ਚਾਵਲ ਦਾ ਉਹ ਮੁੰਜੀ ਦਾ ਸਾਨੂੰ ਰੇਟ ਮਿਲਦਾ ਔਰ ਨੈੱਟ ਕੈਸ਼ ਮਿਲਦਾ।